ਮੇਰੇ ਘਰ ਵਾਲੀ ਤਾਂ ਮਾਮੇ ਦਾ ਮੁੰਡਾ ਸਾਲਾ ਹੀ ਲੱਗਦਾ ਮੈਨੂੰ, ਅਤੇ ਮੈਂ ਵੀ ਉੱਥੇ ਸੌਦਾ ਲੈਣ ਗਿਆ, ਮੈਂ ਦੁਕਾਨ ਤੋਂ ਬਾਹਰ ਰਿਹਾ ਗਾ ਵਿੱਚ ਨਹੀਂ ਵੜਿਆ, ਇਹਨਾਂ ਨਾਲ ਝਗੜਾ ਹੋਇਆ ਅਤੇ ਉਹਨੇ ਫਾਇਰ ਕੱਢ ਮਾਰਿਆ ਅਤੇ ਅਸੀਂ ਚੁੱਕ ਕੇ ਇੱਥੇ ਲੈ ਆਇਆ। ਮੈਂ ਕਿਹਾ ਵੀ ਵੀਰੇ ਏ ਸੀ ਵਾਲੀ ਸੋਚਣ ਦਾ ਮੈਂ ਦੇ ਦਿੰਦਾ, ਬਾਕੀ ਪੈਸੇ ਨਗਦ ਲੱਗਣਗੇ। ਅਤੇ ਮੈਨੂੰ ਕਹਿੰਦਾ ਤੇਰੀ ਹਵਾ ਬਹੁਤ ਖਰਾਬ ਹੋ ਗਈ ਆ, ਤਾਂ ਹਵਾ ਠੀਕ ਕਰਨੀ ਪੈਣੀ ਆ। ਮੈਂ ਵੀਰ, ਮੈਂ ਕਿਹਾ ਵੀਰ ਜੀ ਜੋ ਚੀਜ਼ ਪੈਸੇ ਨਾਲ ਉਹਦੀ ਪੈਸੇ ਨਾਲ ਹੀ ਦਊਂਗਾ ਮੈਂ, ਵੈਸੇ ਕਿਸ ਕਿੱਥੋਂ ਦੇ ਦੇਵਾਂ ਮੈਂ। ਅਤੇ ਮੁੜ ਕੇ ਏ ਸੀ ਵਾਲਾ ਸੋਚ ਲੈ ਗਿਆ, ਪੈਸੇ ਮੈਨੂੰ ਦੇ ਗਿਆ, ਬਾਹਰ ਜਾ ਕੇ ਬੋਲਦਾ ਰਿਹਾ ਕਿ ਹਾਂ ਇਹਦੀ ਹਵਾ ਠੀਕ ਕਰਨੀ ਆ, ਮੈਂ ਤੁਰਿਆ ਆਉਣਾ। ਇਹਨੇ ਕਹਿ ਕੇ ਤਾਂ ਪਿੰਡ ਨੂੰ ਚਲਾ ਗਿਆ। ਅਤੇ 15-20 ਮਿੰਟ ਬਾਅਦ ਮੇਰੇ ਕੋਲ ਜੋ ਮੇਰਾ ਆ ਕੇ ਦੁਕਾਨ ਉੱਪਰ ਬੈਸਰ ਲੱਗ ਪਿਆ, ਬਹਿਸਦਿਆਂ ਬਹਿਸਦਿਆਂ ਉਹਨੇ ਉਹਦੇ ਕੋਲ ਪਿਸਤੌਲ ਸੀ, ਰਿਵਾਲਵਰ ਸੀ, ਕੀ ਸੀ ਇੰਨੇ ਦੀ ਮੈਨੂੰ ਜਾਣਕਾਰੀ ਕੀ ਬੋਲਦੇ ਉਹਨੂੰ, ਉਹ ਕੱਢ ਲਿਆ। ਅਤੇ ਇਸ ਤੱਕ ਬਹਿਸਦੇ ਬਹਿਸਦੇ ਅਸੀਂ ਦੁਕਾਨ ਤੋਂ ਬਾਹਰ ਚਲੇ ਗਏ। ਤੋਂ ਪੌੜੀ ਉੱਤੋਂ ਦੀ ਸਾਰੇ ਉਹਨੇ ਮੇਰੇ ਲੱਤ ਵਿੱਚ ਗੋਲੀ ਮਾਰ ਦਿੱਤੀ ਹੈ। ਇਹ ਜਸਵੀਰ ਸਿੰਘ ਆ, ਇੱਕ ਗਲੋਨੀ ਪਿੰਡ ਆ, ਥਾਣਾ ਕੋਟ ਇਸ ਸਿੱਖਾਂ ਦੇ ਵਿੱਚ। ਉਹਦੀ ਬਿਜਲੀ ਦੇ ਸਮਾਨ ਦੀ ਅਤੇ ਸਪੇਅਰ ਪਾਰਟ ਦੀ ਦੁਕਾਨ ਆ ਬਘੇਲੇ ਵਾਲਾ ਬੱਸ ਅੱਡੇ ਦੀ। ਅਤੇ ਬਘੇਲੇ ਵਾਲਾ ਪਿੰਡ ਦਾ ਹੀ ਇੱਕ ਗੁਰਜੀਤ ਸਿੰਘ ਆ, ਇਹ 22 ਤਰੀਕ ਨੂੰ ਇਹ ਦੁਕਾਨ 'ਤੇ ਕੁਛ ਇਹ ਤੋਂ ਸਮਾਨ ਲੈਣ ਗਿਆ ਸੀ ਦਾਲ। ਇਹਨੇ ਇਨਕਾਰ ਕਰਤਾ ਦੁਕਾਨਦਾਰ ਨੇ, ਉਹਨੇ ਕਿਹਾ ਵੀ ਇਹਨੇ, ਕਿਉਂਕਿ ਇਹ ਤੋਂ ਪਹਿਲਾਂ ਵੀ ਇੱਕ ਦੋ ਵਾਰੀ ਸਮਾਨ ਲੈ ਗਿਆ ਸੀ, ਉਹਦੇ ਪੈਸੇ ਮੁੜੇ ਨਹੀਂ ਸੀਗੇ। ਉੱਥੋਂ ਇਹ ਚਲਾ ਗਿਆ ਇਸ ਗੱਲ ਦਾ ਗੁੱਸਾ ਕਰਕੇ। ਥੋੜ੍ਹੀ ਦੇਰ ਬਾਅਦ ਆਪਦਾ ਲਾਇਸੈਂਸੀ ਰਿਵਾਲਵਰ ਇਹ ਲੈ ਕੇ ਅਤੇ ਉਹਦੀ ਦੁਕਾਨ 'ਤੇ ਉਹਦੇ 'ਤੇ ਇਹਨੇ ਮਾਰਨੀ ਨੀਤ ਨਾਲ ਫਾਇਰ ਕਰਤਾ, ਜਿਹੜਾ ਉਹਦੀ ਖੱਬੀ ਲੱਤ ਦੇ ਵਿੱਚ ਵੱਜਿਆ। ਅਤੇ ਉਸ ਤੋਂ ਬਾਅਦ ਬੰਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾਖਲ ਹੋਇਆ। ਅਤੇ ਕੱਲ੍ਹ ਜਿਹੜਾ ਮੁਕੱਦਮਾ ਨੰਬਰ 74-307 ਆਮ ਜੱਟ ਦੇ ਤਹਿਤ ਜਸਵੀਰ ਸਿੰਘ ਦੇ ਬਿਆਨ 'ਤੇ ਗੁਰਜੀਤ ਸਿੰਘ ਦੇ ਖਿਲਾਫ ਅਸੀਂ ਦਰਜ ਕਰ ਲਿਆ। ਦੋਸ਼ੀ ਗ੍ਰਿਫਤਾਰ, ਦੋਸ਼ੀ ਘਰੋਂ ਇੱਕ ਫਿਲਹਾਲ ਜਿਹੜਾ ਭੱਜਿਆ ਗਿਆ, ਮਕਾਨ ਨੂੰ ਤਾਲਾ ਲਾ ਕੇ ਜਲਦੀ ਗ੍ਰਿਫਤਾਰ ਕਰ ਲਿਆ।